ਗੁਰਾਇਆਂ ਦੇ ਨੇੜਲੇ ਪਿੰਡ ਬੰਡਾਲਾ ਵਿਖੇ ਹੋਏ ਇੱਕ ਸੜਕੀ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਦੀਪ ਕੁਮਾਰ ਅਤੇ ਅਸ਼ਵਨੀ ਕੁਮਾਰ ਵਾਸੀ ਬੰਡਾਲਾ ਸਕੂਟਰੀ ਤੇ ਸਵਾਰ ਹੋ ਕੇ ਜੰਡਿਆਲਾ ਤੋਂ ਬੰਡਾਲਾ ਵੱਲ ਨੂੰ ਆ ਰਹੇ ਸਨ। ਜਦ ਉਹ ਬੰਡਾਲਾ ਦੇ ਪੈਟਰੋਲ ਪੰਪ ਨਜ਼ਦੀਕ ਪੁੱਜੇ ਤਾਂ ਪਿੰਡ ਵੱਲੋਂ ਆ ਰਹੇ ਇੱਕ ਟਰੈਕਟਰ ਨਾਲ ਉਹਨਾਂ ਦੀ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟਰੀ ਚਲਾ ਰਹੇ ਸੰਦੀਪ ਕੁਮਾਰ ਦੀ ਮੌਤ ਹੋ ਗਈ, ਜਦਕਿ ਉਸਦੇ ਪਿੱਛੇ ਬੈਠਾ ਅਸ਼ਵਨੀ ਕੁਮਾਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿੱਚ ਅਸ਼ਵਨੀ ਕੁਮਾਰ ਨੂੰ ਪਹਿਲਾਂ ਸਿਵਲ ਹਸਪਤਾਲ ਬੰਡਾਲਾ ਵਿਖੇ ਭੇਜਿਆ ਗਿਆ, ਜਿੱਥੇ ਉਸਦੀ ਹਾਲਤ ਨੂੰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ਦੀ ਸਾਰੀ ਵੀਡੀਓ ਪੈਟਰੋਲ ਪੰਪ 'ਤੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਟਰੈਕਟਰ ਚਾਲਕ ਟਰੈਕਟਰ ਲੈ ਕੇ ਫਰਾਰ ਹੋ ਗਿਆ। ਜਿਹੜਾ ਬਿਆਨ ਹੈਗਾ ਉਹ ਜੰਡਿਆਲੇ ਤੋਂ ਆਉਂਦੇ ਸੀ ਜੀ, ਦੋਵੇਂ ਮੁੰਡੇ। ਟਰੈਕਟਰ ਤੇਲ ਪਾਉਣ ਲਈ ਅੰਦਰ ਨੂੰ ਬਣ ਲੱਗਾ ਸੀ, ਉਹਦੇ ਵਿੱਚ ਲੱਗੇ ਆ, ਮੁੜ ਕੇ ਟਰੈਕਟਰ ਮਾਰ ਕੇ ਤਾਂ ਸਕੂਟਰੀ ਕੱਢ ਕੇ ਤਾਂ ਚਲੇ ਗਏ ਉਹ ਬੰਦੇ। ਕਿਹੜੇ ਪਿੰਡ ਦੇ ਜੀ ਬੰਦੇ? ਇਹ ਬੰਦੇ ਇੱਕ ਬਰਾਲੇ ਦੇ ਹੀ ਆ ਦੋ ਜੀ। ਨਾਮ ਕੀ ਸੀਗਾ ਇਹਨਾਂ? ਇੱਕ ਦਾ ਨਾਂ ਸੰਦੀਪ ਕੁਮਾਰ ਆ, ਇੱਕ ਦਾ ਨਾਂ ਅਸ਼ਨੀ ਆ। ਠੀਕ ਹੈ ਜੀ। ਅਤੇ ਦੂਸਰਾ ਜਿਹੜਾ ਜ਼ਖਮੀ ਹੋਇਆ ਉਹਦੇ ਉਹ ਜਲੰਧਰ ਲੈ ਗਿਆ ਉਹਨੂੰ ਜੀ, ਉਹਦੀ ਲੱਤ ਟੁੱਟੀ ਹੈ, ਸੀਰੀਅਸ ਹੈ ਉਹ ਵੀ। ਟਰੈਕਟਰ ਵਾਲੇ ਚਲੇ ਗਏ ਜੀ, ਉਹ ਚਲੇ ਗਿਆ, ਉਹਨੇ ਕੱਢ ਬੰਦੇ ਲੈ ਕੇ ਨਹੀਂ ਗਿਆ ਚੱਕ ਕੇ, ਉਹ ਚਲੇ ਗਏ। ਕਿਸੇ ਨੇ ਦੇਖਿਆ ਨਹੀਂ ਕੌਣ ਸੀ ਉਹ? ਇਹ ਪੰਪ ਵਾਲਿਆਂ ਨੇ ਸਾਰਿਆਂ ਨੇ ਦੇਖਿਆ, ਪਰ ਹੁਣ ਕੋਈ ਦੱਸਣ ਨੂੰ ਤਿਆਰ ਨਹੀਂ। ਨਹੀਂ ਤੁਸੀਂ ਕੀ ਲਿਆ, ਪੇਪਰ ਕਿਹੜੇ ਲੈ ਕੇ ਆਏ ਸੀ? ਹਾਂਜੀ, ਅਸੀਂ ਤਾਂ ਇਹ ਇਨਫੋਰਮੇਸ਼ਨ ਪੁਲਿਸ ਨੂੰ ਦੇਣੀ ਜੀ। ਅੱਛਾ, ਜਿੱਦਾਂ ਡਿਊਟੀ ਲੱਗੀ ਆ ਉਹ ਹੀ ਹੈ ਜੀ। ਜਿਹੜਾ ਪੇਸ਼ੈਂਟ ਪਹੁੰਚਿਆ ਉਹ ਕਿੱਥੇ ਆ? ਉਹ ਜਲੰਧਰ ਨੂੰ ਰੈਫਰ ਕੀਤਾ ਡਾਕਟਰ ਸਾਹਿਬ। ਕੀ ਹੋਇਆ ਸੀ ਉਹਨੂੰ? ਹਾਂਜੀ, ਐਕਸੀਡੈਂਟ ਸੀ ਜੀ। ਨਹੀਂ, ਉਹਨੂੰ ਹੋਇਆ ਕੀ ਆ? ਜਿੱਦਾਂ ਮੰਨ ਲਓ ਉਹਦੇ ਸੱਟਾਂ ਆ ਜੀ। ਕਿੱਥੇ? ਡਾਕਟਰ ਸਾਹਿਬ ਨੇ ਨਾਲ ਕਰਾਇਆ ਸੀ ਤਾਂ ਪੱਟੀਆਂ। ਡਾਕਟਰ ਸਾਹਿਬ ਹੈਗੇ ਉੱਥੇ? ਹਾਂਜੀ, ਡਾਕਟਰ ਸਾਹਿਬ ਤਾਂ ਉੱਥੇ ਹੁੰਦੇ ਜੀ। ਕਿੰਨੇ ਵਜੇ ਤੱਕ ਡਿਊਟੀ ਆ ਡਾਕਟਰ ਸਾਹਿਬ ਦੀ? ਉਹਨਾਂ ਦੀ ਜੀ ਸਵੇਰ ਦੇ 8 ਵਜੇ ਤੱਕ ਆ ਜੀ ਡਾਕਟਰ, ਜਿਹੜੇ ਹੋਣੇ ਸੀਗੇ ਡਿਊਟੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੂਰਮਹਿਲ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਟਰੈਕਟਰ ਦੀ ਭਾਲ ਕੀਤੀ ਜਾ ਰਹੀ ਹੈ। ਕਿੰਨੇ ਕੁ ਵਜੇ ਸਰ ਐਕਸੀਡੈਂਟ ਹੋਇਆ ਅੱਜ? ਉਹ 8:45 ਦੇ ਹੋਇਆ ਜੀ। ਤੁਹਾਨੂੰ ਕਿੰਨੇ ਕੁ ਵਜੇ ਪਤਾ ਲੱਗਿਆ? ਸ਼ਾਮ ਦੇ ਟਾਈਮ ਕਰੀਬ 8:55 ਕਿਤੇ ਫੋਨ ਗਿਆ ਜੀ ਥਾਣੇ। ਕਿਹਨਾਂ ਦਾ ਫੋਨ ਗਿਆ ਸਰ ਤੁਹਾਨੂੰ? ਕਿਸੇ ਇੱਥੋਂ ਪੰਪ ਵਾਲਿਆਂ ਹੀ ਕੀਤਾ ਉੱਥੇ ਥਾਣੇ 'ਚ, ਅਤੇ ਜਿਹੜਾ ਉੱਥੇ ਡਿਊਟੀ ਅਫਸਰ ਆ ਗਿਆ ਉਸ ਵੇਲੇ ਮੈਂ ਵੀ ਆ ਗਿਆ ਥਾਣੇ, ਜਾ ਕੇ ਆ ਕੇ ਕੀਤਾ ਵੈਰੀਫਾਈ। ਇਹ ਟਰੈਕਟਰ ਦੇ ਨਾਲ ਐਕਸੀਡੈਂਟ ਹੋਇਆ, ਜਾਉਂਡੀਅਰ ਟਰੈਕਟਰ ਆ, ਸਕੂਟਰੀ ਇੱਕ ਲੜਕੇ ਦੀ ਸਕੂਟਰੀ ਜਾਉਂਡੀਅਰ ਦੇ ਵਿੱਚ ਸਕੂਟਰੀ ਲੱਗੀ ਹੈ। ਇਹ ਲੜਕੇ ਜਿਹੜੇ ਸਕੂਟਰੀ ਦੇ ਸਿੱਧੂ ਹੋਏ ਆ, ਉਹਦੇ 'ਚ ਇੱਕ ਦੀ ਡੈਥ ਹੋ ਗਈ ਆ, ਦੂਜੇ ਸੱਟਾਂ ਲੱਗੀਆਂ, ਜਿਹੜਾ ਜਲੰਧਰ ਰੈਫਰ ਕਰ ਦਿੱਤਾ। ਕਿੰਨੇ ਜਣੇ ਸੀਗੇ ਜੀ ਸਕੂਟਰੀ 'ਤੇ? ਸਕੂਟਰੀ 'ਤੇ 2 ਜਣੇ ਸੀ। ਅਤੇ ਦੂਸਰੇ ਦੀ ਹਾਲਤ ਕਿੱਦਾਂ ਜੀ? ਦੂਸਰੀ ਹਾਲਤ ਜਿੱਥੋਂ ਆਇਆ ਸੀ ਠੀਕ ਹੈ, ਉਹਦਾ ਬਚਾਅ ਉਹਦਾ, ਬਾਕੀ ਆ ਵੀ ਜਾ ਕੇ ਉਹਦਾ ਮੌਕੇ ਜਾ ਕੇ ਦੇਖਦੇ ਹਾਂ ਉਹਦਾ ਵੀ। ਟਰੈਕਟਰ ਵਾਲੀ ਦਾ ਸਰ ਪਤਾ ਲੱਗਿਆ ਜੀ? ਟਰੈਕਟਰ ਵਾਲੇ ਦਾ ਟਰੈਕਟਰ ਵੈਰੀਫਾਈ ਕਰ ਲੈਂਦੇ ਹਾਂ, ਉਹਦੀ ਫੁਟੇਜ ਹੈਗੀ, ਵੀਡੀਓ ਫੁਟੇਜ ਹੈ। ਗੁਰਾਇਆ ਤੋਂ ਬਿੰਦਰ ਸੁਮਨ ਦੀ ਰਿਪੋਰਟ। ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV।